ਬੰਗਲਾ ਵਿਖਾਉਣ ਵਾਲੇ ਐਂ ਕਰ ਦੂੰ ਮੈਂ ਬਿਲਕੁਲ ਅੰਦਰ ਦੇ ਦੂੰ। ਲੋਕ ਇਨਸਾਫ਼ ਪਾਰਟੀ ਕੋ ਅਲਵਿਦਾ ਕਹਿਕਰ ਵਿਪਿਨ ਸੂਦ ਕਾਕਾ ਹੋਏ ਅਕਾਲੀ ਦਲ ਮੇ ਸ਼ਾਮਿਲ। ਸੁਖਬੀਰ ਬਾਦਲ ਨੇ ਕੀਆ ਸਵਾਗਤ, ਜਨਰਲ ਸੈਕਟਰੀ ਕੀ ਪੋਸਟ ਸੇ ਨਵਾਜ਼ਾ ਗਿਆ ਵਿਪਿਨ ਸੂਦ ਕਾਕਾ ਕੋ। ਅਕਾਲੀ ਦਲ ਮੇ ਸ਼ਾਮਿਲ ਕਰਨੇ ਕੇ ਲਿਏ ਅਕਾਲੀ ਦਲ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਮਜੀਠੀਆ ਖੁਦ ਲੁਧਿਆਣਾ ਪਹੁੰਚੇ। ਕਾਂਗਰਸ ਦਾ ਸਫਾਇਆ ਹੋ ਜਾਣਾ, ਲੁਧਿਆਣੇ ਲਈ ਕਦੋਂ ਕੈਂਡੀਡੇਟ ਜਿਹੜਾ ਆਉਂ, ਜਲਦੀ ਬਹੁਤ ਜਲਦੀ ਅਨਾਉਂਸ ਕਰ ਸਰ। ਵਿਜੇ ਪਟਨਾ ਕੋ ਕਿਉਂਕਿ ਅਸੀਂ ਹਰ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਲਿਖਿਆ ਸੀ ਕਿ ਵਿਜੇ ਪ੍ਰਤਾਪ ਸਿੰਘ ਕਾਂਗਰਸ ਦਾ ਏਜੰਟ ਬਣ ਕੇ ਕੰਮ ਚੱਲ ਰਿਹਾ ਸੀ। ਅੱਜ ਤੱਕ ਕਿਤੇ ਵੀ ਨਹੀਂ ਸੁਣਿਆ ਹੋਣਾ ਕਿ ਕੋਈ ਪ੍ਰੈਸ ਕਾਨਫਰੰਸ ਕਰੇ, ਮੀਡੀਆ ਚ ਆਏ, ਜਾਣ ਕੇ ਪੋਲੀਟੀਕਲ ਸਟੇਟਮੈਂਟ ਦੇ। ਜੋ ਮੈਂ ਕਹਿੰਦਾ ਕਿ ਇਲੈਕਸ਼ਨ ਕਮਿਸ਼ਨ ਨੇ ਬੜਾ ਸਹੀ ਫੈਸਲਾ, ਬੀਜੇਪੀ ਦੇ ਇਸ ਤਰ੍ਹਾਂ ਹੈ ਜੀ ਕਿ ਕਾਂਗਰਸ ਦੇ ਸਪੋਕਸਪਰਸਨ ਦੇ ਰੂਪ 'ਚ ਅਨਪ੍ਰੋਫੈਸ਼ਨਲ ਬਿਹੇਵੀਅਰ ਪਹਿਲੇ ਦਿਨ ਤੋਂ, ਜਿਸ ਦਿਨ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਇਹ ਟਿੱਪਣੀ ਕੀਤੀ ਕਿ ਇਹ ਤਾਂ ਜੀ ਇਹਨਾਂ ਕੋਲ ਬੁਲਟ ਪਰੂਫ ਗੱਡੀਆਂ ਨੇ, ਲੈਂਡ ਕਰੂਜ਼ਰ ਗੱਡੀਆਂ ਨੇ, ਤੇਲ ਹੈ ਅਤੇ ਇਹ ਜਿੱਥੇ ਮਰਜ਼ੀ ਆ ਸਕਦੇ ਆ। ਇੱਕ ਅਨਬਿਕਮਿੰਗ ਆਫ ਆਫਿਸਰ, ਅਨਪ੍ਰੋਫੈਸ਼ਨਲ ਐਟੀਟਿਊਡ ਜਿਹੜਾ ਇੱਕ ਮੈਂਬਰ ਨੇ SIT ਨੇ ਦਿਖਾਇਆ, ਉਹ ਤੋਂ ਬਾਅਦ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਟਿੱਪਣੀਆਂ ਕੀਤੀਆਂ ਔਰ ਇਹ ਮਹਿਸੂਸ ਹੋਇਆ ਕਿ ਇਹ ਆਪਦੀ ਜ਼ਿੰਮੇਵਾਰੀ ਪ੍ਰੋਫੈਸ਼ਨਲੀ ਛੱਡ ਕੇ ਇੱਕ ਕਾਂਗਰਸ ਦੇ ਸਪੋਕਸਪਰਸਨ ਦੇ ਸਟਾਰ ਪ੍ਰਚਾਰਕ ਦੇ ਰੂਪ 'ਚ ਕੰਮ ਕਰਨ ਲੱਗ ਗਏ ਸੀ। ਇਲੈਕਸ਼ਨ 'ਚ ਪਾਰਦਰਸ਼ਤਾ ਔਰ ਇਲੈਕਸ਼ਨ 'ਚ ਹਰੇਕ ਦੋ ਵਿਦਆਊਟ ਐਨੀ ਫੇਅਰ ਪ੍ਰੈਜੁਡਿਸ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ, ਮਗਰ ਜਿਸ ਤਰੀਕੇ ਨਾਲ ਕਾਂਗਰਸ ਦੀ ਮਦਦ 'ਤੇ ਕਾਂਗਰਸ ਦੇ ਬੁਲਾਰੇ ਦੇ ਰੂਪ 'ਚ ਉੱਤਰ ਆਏ ਸੀ, ਅਸੀਂ ਆਪਣੀ ਫਰਿਆਦ ਲੈ ਕੇ ਜਿਵੇਂ ਹਰ ਪਾਰਟੀ ਜਾਂਦੀ ਹੈ, ਕੋਈ ਇਹ ਨਹੀਂ ਕਿ ਕਾਂਗਰਸ ਵੀ ਜਾਂਦੀ ਰਹੀ, ਅਸੀਂ ਵੀ ਆਪਦੀ ਸਾਰੀ ਚੀਜ਼ਾਂ ਲਿਖਤੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਔਰ ਇਲੈਕਸ਼ਨ ਕਮਿਸ਼ਨ ਨੇ 3 ਹਫ਼ਤਿਆਂ ਦੀ ਜਾਂਚ ਤੋਂ ਬਾਅਦ, ਸਪੈਸ਼ਲੀ ਜਾਂਚ ਡੂੰਘਾਈ 'ਚ ਕਰਨ ਤੋਂ ਬਾਅਦ ਔਰ ਉਹਨਾਂ ਨੇ ਜੋ ਉਹਦੇ 'ਚ ਮੈਰਿਟ ਪਾਇਆ ਸਾਡੀ ਗੱਲਾਂ 'ਚ, ਇਕੱਲਾ ਇੰਡਾਈਟ ਨਹੀਂ ਕੀਤਾ ਕੁੰਵਰ ਵਿਜੇ ਪ੍ਰਤਾਪ ਨੂੰ, ਮਗਰ ਫੋਰ ਐਵਰ ਅੱਗੇ ਸਾਰੀ ਇਲੈਕਸ਼ਨਾਂ ਕਦੇ ਵੀ ਹੋਣਗੀਆਂ ਉਹਦੇ 'ਚ ਉਹ ਪੋਲ ਡਿਊਟੀ 'ਚ ਨਹੀਂ ਤੈਨਾਤ ਹੋ ਸਕਣਗੇ। ਨਾਲ ਇਲੈਕਸ਼ਨ ਕਮਿਸ਼ਨ ਨੇ ਜੇ ਕੈਪਟਨ ਸਾਹਿਬ ਮੰਗੇਰੀ ਲਾਲ ਦੇ ਅਸੀਨ ਸੁਪਨੇ ਲੈ ਰਹੇ ਤਾਂ ਲੈ ਲੈਣ, ਕੀ ਕਰ ਸਕਦੇ ਆ, ਕਿੱਥੇ 16 ਸੀਟਾਂ ਨਾ ਆ ਜਾਣ ਇਹਨਾਂ ਨੂੰ 13 ਤੋਂ ਜੋ ਉਹਨਾਂ ਦੇ ਹਾਲਾਤ ਬਣੇ ਆ। ਇਹਨਾਂ ਦੇ ਸਾਰੇ ਪ੍ਰਧਾਨ ਦੇਖੋ, ਕਾਂਗਰਸ ਦੇ ਉਹ ਪ੍ਰਧਾਨ ਰਹੇ ਆ ਸਤਿਕਾਰਯੋਗ ਦੂਲੋ ਸਾਹਿਬ, ਰਾਜ ਸਭਾ ਦੇ MP ਆ, ਆ KP ਸਾਹਿਬ ਵੱਡੇ ਵੱਡੇ ਅਹੁਦਿਆਂ 'ਤੇ ਰਹੇ ਆ, PPCC ਦੇ ਪ੍ਰਧਾਨ ਰਹੇ ਆ, ਵਜ਼ੀਰ ਰਹੇ ਆ, MP ਰਹੇ ਆ, ਸੰਤੋਸ਼ ਚੌਧਰੀ ਜੀ, ਆਪਣਾ ਪ੍ਰਤਾਪ ਸਿੰਘ ਬਾਜਵਾ, ਸਾਰੇ ਕਹਿ ਰਹੇ ਆ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਦੀ ਸਿਰਫ ਲੋਕਾਂ ਨਾਲ ਧੋਖਾ ਕੀਤਾ, ਕਾਰਗੁਜ਼ਾਰੀ 0 ਹੈ। ਇਹਨਾਂ ਦੇ ਇੱਕ ਮੰਤਰੀ ਸਾਹਿਬ ਨੇ, ਉਹਨਾਂ ਦੀ ਘਰ ਦੀ ਨੇ, ਜਦੋਂ ਉਹਨੂੰ ਪੁੱਛਿਆ ਗਿਆ ਅੱਜ ਤੋਂ ਸਾਲ ਪਹਿਲਾਂ ਕਿ ਕਿੰਨੇ ਨੰਬਰ ਦਿੰਦੇ ਹੋ, ਉਹਨੇ ਮੈਨੂੰ ਲੱਗਦਾ ਆਪਦੀ ਘਰ ਵਾਲੇ ਕਰਕੇ 4 ਦੇਤੇ, ਨਹੀਂ ਤਾਂ ਉਹਦੇ 0 ਲਾ ਦੇਣੇ। ਉਹ ਦੱਸੋ ਤੁਸੀਂ ਉਹ ਬਲੈਕੀਆ ਕੀ ਕਹਿ ਰਿਹਾ, ਉਹ ਬਲੈਕਮੇਲਰ ਬੰਦਾ ਜਿਹਨੇ 2 ਮਰਲੇ ਦੀ ਕੋਠੀ 'ਚ ਰਹਿੰਦਾ ਸੀ, ਹੁਣ 15 ਮਰਲੇ 'ਚ ਪੈ ਗਿਆ, ਲੋਕਾਂ ਨੂੰ ਬਲੈਕਮੇਲ ਕਰਕੇ, ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ, ਬੈਂਜ ਬ੍ਰਦਰ ਪਾਰਟੀ ਦਾ ਬਾਲਾ ਫਿਕਰ ਨਾ ਕਰੋ, ਆ ਜਲੂਸ ਨਿਕਲ ਚੱਲਿਆ। ਮੈਂ ਜੀ ਜਿੱਥੋਂ ਤੁਸੀਂ ਕਹੋਗੇ ਉੱਥੋਂ ਲੜੂ, ਹੋਰ ਦੱਸੋ। ਹਾਂਜੀ ਦੇਖੋ, ਮੈਂ ਤਾਂ ਤੁਹਾਡੇ ਵਾਂਗੂ ਸਟਿੰਗਰ ਹੀ ਹਾਂ, ਸਮਝੋ, ਜਿਵੇਂ ਮੈਨੂੰ ਗਰੀਬ ਨੂੰ ਕਾਹਦੇ ਲਈ ਪੁੱਛੀ ਜਾਂਦੇ ਹੋ, ਮੇਰੇ ਤਾਂ ਆਪਦੀ ਟਿਕਟ ਦਾ ਨਹੀਂ ਪਤਾ,
ਮਗਰੋਂ ਭਾਈ ਪਾਵਰਡ ਕਮੇਟੀ ਆ ਰਹੀ ਆ, ਪ੍ਰਧਾਨ ਸਾਹਿਬ ਆ ਰਹੇ ਆ, ਉਹਨਾਂ ਨੂੰ ਪੁੱਛ ਲਿਓ, ਦੱਸ ਦੇਣਗੇ ਜੀ। ਮੈਨੂੰ ਤਾਂ ਜਿੱਥੋਂ ਹੈ ਜੀ, ਮੈਂ ਤਿਆਰ ਨਹੀਂ, ਇਹ ਬਲੈਕਮੇਲਰ ਹੈ, ਜਿਹਨੂੰ ਬੰਦੇ ਦਾ ਪੁੱਤ ਬਣਾ ਦੂੰ ਮੈਂ ਜਿੱਦਣ ਮੈਂ ਆ ਗਿਆ ਇੱਥੇ। ਅਤੇ ਦੇਖੋ ਮੈਂ ਫਿਰ ਉਹ ਬੇਨਤੀ ਕਰਾਂ ਕਿ ਫੈਸਲਾ ਉਹਨਾਂ ਦਾ, ਮਗਰ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨਾ, ਜਿਨ੍ਹਾਂ ਨੇ ਦੋ ਮਰਲੇ ਦੇ ਪਲਾਟ 'ਚ ਰਹਿ ਕੇ, ਤੁਸੀਂ ਤਾਂ ਮੇਰੇ ਵੀਰੋ ਉਹ ਤੁਸੀਂ ਵੀ ਵੇਖੇ ਉਹਦੇ ਹਾਲਾਤ, 15 ਕਿੱਲੇ ਦੀ ਕੋਠੀ 'ਚ ਐਵੇਂ ਨਹੀਂ ਰਹਿਣ ਲੱਗ ਗਏ, ਜਿਹੜੀ ਅੱਧੀ ਦੁਨੀਆ ਨੂੰ ਇੱਥੇ ਤੰਗ ਪਰੇਸ਼ਾਨ ਕੀਤਾ, ਐਂ ਉਂਗਲਾਂ ਵਿਖਾਉਣ ਵਾਲੇ, ਐਂ ਕਰ ਦੂੰ ਮੈਂ, ਬਿਲਕੁਲ ਅੰਦਰ ਦੇ ਦੂੰ। ਜੋ ਮੈਂ ਪਹਿਲਾਂ ਸੇਵਾ ਕਰਦਾ ਸੀ ਸਮਾਜ ਦੀ, ਹੋਰ ਵੱਧ ਕਰਾਂਗੇ, ਪਾਰਟੀ ਨੂੰ ਮਜ਼ਬੂਤ ਕਰਾਂਗੇ, ਵੱਧ ਤੋਂ ਵੱਧ ਸੇਵਾ ਕਰਕੇ ਲੋਕਾਂ 'ਚ ਵਿਚਰਾਂਗੇ, ਕਿਸੇ ਨੂੰ ਪਰੇਸ਼ਾਨੀ ਨਾ ਆਵੇ ਲੋਕਾਂ ਦੇ ਕੰਮਾਂ 'ਤੇ। ਅੱਗੇ ਵੀ ਕੰਮ ਕਰਨੇ ਸੀ, ਹੁਣ ਵੀ ਕੰਮ ਕਰਨੇ, ਕੋਈ ਦਿੱਕਤ। ਉਹ ਉਹਨਾਂ ਨੇ ਮੈਨੂੰ ਇੱਕ ਸਤਿਕਾਰ ਦਿੱਤਾ, ਛੋਟੇ ਜਿਹੇ ਨਮਾਨੇ ਜਿਹੇ ਬੰਦੇ ਨੂੰ ਬਹੁਤ ਵੱਡਾ ਮਾਣ ਦਿੱਤਾ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਦਾ ਬਹੁਤ ਬਹੁਤ ਧੰਨਵਾਦ ਕਰਦਾ, ਨਾਲ ਮਜੀਠੀਆ ਸਾਹਿਬ ਦਾ, ਜਿਨ੍ਹਾਂ ਨੇ ਆ ਕੇ ਮੈਨੂੰ ਐਡਾ ਵੱਡਾ ਮਾਨ, ਪੂਰਾ ਤਨ ਮਨ ਧਨ ਦੇ ਨਾਲ ਜਿਹੜਾ ਵੀ ਕੈਂਡੀਡੇਟ ਦੇਣਗੇ ਉਹਨਾਂ ਦੀ ਮਦਦ ਕਰਾਂਗੇ, ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਉਹਨਾਂ ਦੀ ਵੋਟ ਉੱਥੇ ਪਾਵਾਂਗੇ।